ਟੈਕਸਸ ਵਾਲੇ ਏਰੀਏ ਦੇ ਵਿੱਚ ਟ੍ਰੋਪੀਕਲ ਸਟੋਰਮ ਅਲਬਰਟੋ ਆ ਰਿਹਾ ਹੈ। ਪਹਿਲਾ ਇਸ ਸੀਜ਼ਨ ਦਾ ਇਹ ਸਟੋਰਮ ਹੋਊਗਾ ਜੋ ਕਿ ਟੈਕਸਸ ਦੇ ਵਿੱਚ ਬਹੁਤ ਜ਼ਿਆਦਾ ਫਲੱਡਿੰਗ ਲਿਆ ਸਕਦਾ ਹੈਗਾ। ਇਹਦੇ ਨਾਲ ਮੀਂਹ ਬਹੁਤ ਆਊਗਾ, ਕੋਸਟਲ ਫਲੱਡਿੰਗ ਹੋਊਗੀ, ਗਸਟੀ ਵਿੰਡਸ ਅਲੋਂਗ ਦਾ ਜਿਹੜੀ ਕੋਸਟ ਆਫ ਟੈਕਸਸ ਤੇ ਨੌਰਥ ਵੈਸਟਰਨ ਮੈਕਸੀਕੋ ਹੈਗਾ, ਇਹ ਵੀਰਵਾਰ ਤੱਕ ਚੱਲਣਾ ਹੈਗਾ ਅੱਜ ਤੋਂ ਲੈ ਕੇ। ਸੋ ਅੱਜ 10 ਵਜੇ ਇਹ ਜਿਹੜਾ ਸਟੋਰਮ ਆ ਇਹ ਸ਼ੁਰੂ ਹੋਊਗਾ ਤੇ ਕੱਲ ਜਿਹੜਾ ਥਰਸਡੇ ਆ ਰਾਤ ਤੱਕ ਇਹ ਰਹੂਗਾ। ਕਈ ਏਰੀਏ ਜਿਹੜੇ ਆ ਟ੍ਰੋਪੀਕਲ ਸਟੋਰਮ ਵਾਰਨਿੰਗ ਦੱਸੀ ਗਈ ਆ। ਟੈਕਸਸ ਕੋਸਟ ਵਾਲਾ ਜੋ ਸੈਨ ਲੂਇਸ ਪਾਸ ਹੈਗਾ ਆ, ਜਿਹੜਾ ਮਾਊਥ ਆਫ ਦਾ ਰੀਓ ਗ੍ਰਾਂਡੇ ਆ, ਉੱਥੇ 10 ਤੋਂ 15 ਇੰਚ ਤੱਕ ਮੀਂਹ ਪੈ ਸਕਦਾ ਹੈਗਾ। ਇਹਦੇ ਨਾਲ ਤੁਸੀਂ ਅੰਦਾਜ਼ਾ ਲਾ ਲਓ ਜੇ 10 ਤੋਂ 15 ਇੰਚ ਮੀਂਹ ਬਹੁਤ ਘੱਟ ਸਮੇਂ ਦੇ ਵਿੱਚ ਪਵੇ ਤੇ ਸਿਚੁਏਸ਼ਨ ਕੀ ਹੋਊਗੀ। ਨੈਸ਼ਨਲ ਵੈਦਰ ਸਰਵਿਸ ਦਾ ਆਫਿਸ ਜੋ ਹੂਸਟਨ ਚ ਹੈਗਾ, ਉਹਨਾਂ ਨੇ ਇਹ ਦੱਸਿਆ ਵੀ 4:30 ਵਜੇ ਦੇ ਕਰੀਬ ਸਵੇਰੇ ਆਲਰੇਡੀ ਉਹਨਾਂ ਨੂੰ ਰਿਪੋਰਟਸ ਆ ਵੀ ਕੋਸਟਲ ਫਲੱਡਿੰਗ ਹੋ ਰਹੀ ਆ, ਰੇਨ ਬਹੁਤ ਤੇਜ਼ੀ ਦੇ ਨਾਲ ਜਿਹੜੀ ਇਨਲੈਂਡ ਆ ਰਹੀ ਹੈਗੀ ਆ। ਇਹਦੇ ਨਾਲ ਡਿਸਟਰਬੈਂਸ ਕਹਿੰਦੇ ਵੀ ਬਹੁਤ ਜ਼ਿਆਦਾ ਹੋਊਗੀ ਵਿਦ ਰੇਨਫਾਲ, ਕੋਸਟਲ ਫਲੱਡਿੰਗ ਤੇ ਇਹ ਤੇ ਬਹੁਤ ਸਾਰੇ ਜਿਹੜੇ ਹਾਈਵੇਜ਼ ਆ ਉਹ ਬੰਦ ਵੀ ਹੋ ਸਕਦੇ ਹੈਗੇ ਆ। ਨੈਸ਼ਨਲ ਹਰੀਕੇਨ ਸੈਂਟਰ ਨੇ ਦੱਸਿਆ ਆ। ਉਹਨਾਂ ਨੇ ਕਿਹਾ ਵੀ ਅਸੀਂ ਇਸ ਨੂੰ ਮੋਨੀਟਰ ਕਰ ਰਹੇ ਹੈਗੇ ਆ ਤੇ ਲੋਕਾਂ ਤੱਕ ਮਿੰਟ ਟੂ ਮਿੰਟ ਜਿਹੜੀ ਇਨਫੋਰਮੇਸ਼ਨ ਆ ਉਹ ਪਹੁੰਚਾ ਰਹੇ ਹੈਗੇ ਆ। ਕੱਲ ਰਾਤੀ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਸਟੇਟ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ ਨੂੰ ਜਿਹੜਾ ਇਨਐਕਟਿਵ ਕਰ ਦਿੱਤਾ ਤੇ ਨਾਲ ਟੈਕਸ ਸਟੇਟ ਐਮਰਜੈਂਸੀ ਓਪਰੇਸ਼ਨ ਸੈਂਟਰ ਨੂੰ ਰੈਡੀ ਕਰ ਦਿੱਤਾ ਲੈਵਲ 2 ਦੇ ਲਈ, ਮੀਨਿੰਗ 24-ਆਵਰ ਓਪਰੇਸ਼ਨ। ਸੋ ਟੈਕਸ ਏਐਨਐਮ ਫੋਰੈਸਟ ਸਰਵਿਸ ਨੇ ਵੀ 4 ਟੀਮਾਂ ਜਿਹੜੀਆਂ ਆਪਣੀਆਂ, 100 ਦੇ ਕਰੀਬ ਪਰਸਨਲ ਆ, 24 ਵਹੀਕਲਸ ਆ, ਤੇ ਟੈਕਸ ਨੈਸ਼ਨਲ ਗਾਰਡ ਜਿਹਨਾਂ ਦੇ ਕੋਲ 3 ਪਲਾਟੂਨਸ ਹੈਗੀਆਂ ਤੇ 40 ਤੋਂ ਵੱਧ ਪਰਸਨਲ ਆ ਅਲੋਂਗ 20 ਵਹੀਕਲਸ ਆ, ਇਹ ਸਾਰੇ ਤਿਆਰੀ ਕੀਤੇ ਗਏ। ਇਹਨਾਂ ਦੇ ਕੋਲ ਚਿਨੂਕ ਹੈਲੀਕਾਪਟਰਸ ਵੀ ਹੈਗੇ ਆ। ਸੋ ਇਹ ਜਿਹੜਾ ਸਟੋਰਮ ਵਾਰਨਿੰਗ ਆ 71 ਮਿਲੀਅਨ ਲੋਕਾਂ ਨੂੰ ਅਫੈਕਟ ਕਰੇਗਾ। ਇਹ ਇੱਕ ਬਹੁਤ ਵੱਡਾ ਨੰਬਰ ਆ। ਪਿਛਲੇ ਦਿਨਾਂ ਦੇ ਵਿੱਚ ਉੱਧਰ ਹੀਟ ਬਹੁਤ ਆਈ ਹੋ ਸੀ, ਹੁਣ ਜਿਹੜਾ ਆ ਇਹ ਫਲੱਡਿੰਗ ਤੇ ਸਟੋਰਮ ਆ ਰਿਹਾ ਹੈਗਾ। ਜੀ ਬਿਲਕੁਲ, ਵਨ ਆਫ ਦਾ ਫਸਟ ਨੇਮ ਸਟੋਰਮ ਇਹ ਅਟਲਾਂਟਿਕ ਸੀਜ਼ਨ ਦਾ ਜਿਹੜਾ ਉਹ ਸ਼ੁਰੂ ਹੋਇਆ। ਕੱਲ੍ਹ ਵੀ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਅਲ ਨੀਨੀਓ ਦੀ ਸਮਾਪਤੀ ਤੋਂ ਬਾਅਦ ਦੇ ਵਿੱਚ, ਖਤਮ ਹੋਣ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਜਿਹੜੀਆਂ ਚੇਂਜਿਸ ਆ ਉਹ ਦੇਖਣ ਨੂੰ ਆਈਆਂ ਆ ਵੈਦਰ ਪੈਟਰਨ 'ਚ। ਹੀਟ ਦੀ ਜਿਹੜੀ ਹਰਜੋਤ ਸਿੰਘ ਜੀ ਉਸ ਦੇ ਵਿੱਚ ਵੀ ਅਪਡੇਟ ਕਰਦੇ ਜਾਈਏ, ਦੋਨੋਂ ਹੀ ਵੈਦਰ ਜਿਹੜੇ ਆ ਇਸ ਟਾਈਮ ਉਹ ਦੇਖਣ ਨੂੰ ਮਿਲ ਰਹੇ ਆ। ਹੀਟ ਵੇਵ ਵੀ ਕਹਿੰਦੇ ਵੀ ਈਸਟਰਨ US ਦੇ ਵਿੱਚ ਰਿਕਾਰਡ ਤੋੜ ਹਾਈ ਟੈਂਪਰੇਚਰ ਹੋਣਗੇ, ਜਿਨ੍ਹਾਂ ਵਿੱਚ ਮਿਸ਼ੀਗਨ ਤੋਂ ਲੈ ਕੇ ਮੇਨ ਤੱਕ, ਜਿਹਦੇ ਵਿੱਚ ਡੈਟਰੋਇਟ, ਕਲੀਵਲੈਂਡ, ਬਫਲੋ, ਆਲਬਨੀ, ਨਿਊਯਾਰਕ, ਕੈਰੀਬੂ, ਇਹਨਾਂ ਸਾਰੇ ਥਾਵਾਂ ਦੇ ਉੱਤੇ ਜਿਹੜੀ ਕਾਫੀ ਜ਼ਿਆਦਾ ਗਰਮੀ, ਲੌਂਗ ਲਾਸਟਿੰਗ ਹੀਟ ਵੇਵ ਜਿਹੜੀ ਆ ਉਹ ਆ ਰਹੀ ਹੈਗੀ ਆ। ਮਿਡ ਵੈਸਟ, ਨੌਰਥ ਈਸਟ ਤੇ ਮਿਡ ਅਟਲਾਂਟਿਕ ਦੇ ਵਿੱਚ ਇਹ ਸਾਰੇ ਇਲਾਕਿਆਂ 'ਚ ਇਸ ਟਾਈਮ ਜਿਹੜੀ ਭਾਰੀ ਗਰਮੀ ਆ ਉਹ ਪੈ ਰਹੀ ਆ। ਹੁਣ ਜਿਹੜੇ ਇੱਥੇ ਲੋਕ ਰਹਿੰਦੇ ਆ ਸੈਂਟਰਲ ਵੈਲੀ ਦੇ ਵਿੱਚ, ਉਹਨਾਂ ਨੂੰ ਲੱਗੂਗਾ ਯਾਰ 90 ਟੈਂਪਰੇਚਰ ਜਾਣ ਦੇ ਨਾਲ ਕਿਤੇ ਕਿੰਨੀ ਕੁ ਗਰਮੀ ਜਿਹੜੀ ਉਹ ਹੁੰਦੀ ਆ, ਪਰ ਜਿੱਥੇ ਇੰਨਾ ਨਾ ਜਾਂਦਾ ਹੋਵੇ ਅਚਨਚੇਤੇ ਉੱਥੇ ਚਲਾ ਜਾਵੇ ਤਾਂ ਉਹ ਫੀਲ ਜ਼ਿਆਦਾ ਹੁੰਦੀ ਆ। ਅਤੇ ਉੱਤੋਂ ਕਹਿੰਦੇ ਹਿਊਮਿਡਿਟੀ ਹੁਮਸ ਦੇ ਕਰਕੇ 100 ਜਾਂ 110 ਡਿਗਰੀ ਟੈਂਪਰੇਚਰ ਜਿਹੜਾ ਉਹ ਫੀਲ ਹੋਣਾ ਆ। 75 ਮਿਲੀਅਨ ਲੋਕ ਗ੍ਰੇਟ ਲੇਕਸ ਤੋਂ ਲੈ ਕੇ ਮਿਡ ਅਟਲਾਂਟਿਕ ਤੱਕ ਇਹ ਹੀਟ ਵੇਵ ਦੇ ਅੰਡਰ ਆ। 70 ਮਿਲੀਅਨ ਦਾ ਤੁਸੀਂ ਦੱਸਿਆ ਵੀ ਇਹ ਇਸ ਟਾਈਮ ਮੀਂਹ ਕਣੀ ਜਿਹੜੀ ਆ ਬੱਦਲਵਾਈ ਅਤੇ ਸਟੋਰਮ ਦੇ ਅੰਡਰ ਜਿਹੜੇ ਉਹ
ਆ ਰਹੇ ਆ। ਕਹਿੰਦੇ ਵੀ ਜਿਹੜੀਆਂ ਉੱਧਰਲੇ ਪਾਸੇ ਜਿਹੜੀਆਂ ਨੈਸ਼ਨਲ ਪਾਰਕ ਹੈਗੀਆਂ ਆ ਉੱਥੇ ਵੀ ਕਹਿੰਦੇ ਬਹੁਤ ਜ਼ਿਆਦਾ ਗਰਮੀ ਹੋਣ ਜਾ ਰਹੀ ਹੈਗੀ ਆ। ਸੋ ਵੈਡਨਸਡੇ ਅੱਜ ਦੇ ਦਿਨ ਵੈਸੇ ਨੈਸ਼ਨਲ ਪਾਰਕ ਸਰਵਿਸ ਦਾ ਜਿਹੜੀ 6 ਦਿਨਾਂ ਦੀ ਫ੍ਰੀ ਐਂਟਰੀ ਡੇਜ਼ ਦੇ ਵਿੱਚੋਂ ਇੱਕ ਦਿਨ ਜਿਹੜਾ ਉਹ ਹੁੰਦਾ ਆ, ਅਤੇ ਗੁੱਡ ਨਿਊਜ਼ ਤਾਂ ਇਹ ਆ ਵੀ ਜੂਨਟੀ ਦੇ ਲਈ ਉੱਦਾਂ ਇਹ ਕਰਦੇ ਨੇ, ਪਰ ਟਾਈਮਿੰਗ ਦੇ ਹਿਸਾਬ ਦੇ ਨਾਲ ਇਹ ਬੜਾ ਬੈਡ ਜਿਹੜੀ ਸਿਚੁਏਸ਼ਨ ਆ ਉਹ ਬਣੀ ਪਈ ਆ। ਚਾਹੇ ਕਹਿੰਦੇ ਵੀ ਹੁਣ ਤੁਸੀਂ ਗ੍ਰੈਂਡ ਕੈਨੀਅਨ, ਆਰਚਿਸ, ਜੋਸ਼ੂਆ ਟ੍ਰੀ, ਡੈਥ ਵੈਲੀ ਜਾਂ ਬਿਗ ਬੈਂਡ ਨੈਸ਼ਨਲ ਪਾਰਕ ਵੈਸਟ ਟੈਕਸਸ ਦੇ ਵਿੱਚ ਜਾ ਰਹੇ ਹਾਂ, ਤਾਂ ਇੱਥੇ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਹੋਵੇਗੀ। ਬਿਗ ਬੈਂਡ ਦੇ ਤੋਂ ਰਿਪੋਰਟ ਜਿਹੜੀ ਆ ਰਹੀ ਸੀ 113 ਡਿਗਰੀ ਟੈਂਪਰੇਚਰ ਆਲਰੇਡੀ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਜਾ ਚੁੱਕਾ ਆ। ਕਹਿੰਦੇ ਵੀ ਆਉਂਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਨਵੇਂ ਰਿਕਾਰਡ ਟੈਂਪਰੇਚਰ ਦੇ, ਹਾਈ ਟੈਂਪਰੇਚਰ ਦੇ ਉਹ ਟੁੱਟਣ ਜਾ ਰਹੇ ਨੇ ਜੀ।